ਵਿਆਹ ਦਾ ਝਾਂਸਾ ਦੇਖ ਕੇ ਇੱਕ ਲੜਕੇ ਨੇ ਲੜਕੀ ਦੇ ਨਾਲ ਸਰੀਰਕ ਸੰਬੰਧ ਬਣਾਏ ਨੇ। ਹਾਲਾਂਕਿ ਇੰਨਾ ਹੀ ਨਹੀਂ ਕਿਹਾ ਜਾ ਰਿਹਾ ਲੜਕੀ ਦੇ ਵੱਲੋਂ ਕਿ ਵਿਆਹ ਦਾ ਝਾਂਸਾ ਦੇਖ ਕੇ ਹੀ ਉਸ ਦੇ ਨਾਲ 8 ਲੱਖ ਰੁਪਏ ਦੀ ਠੱਗੀ ਵੀ ਮਾਰੀ ਗਈ ਹੈ। ਤਾਂ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਕਿ ਦਿੱਲੀ ਤੋਂ ਆਈ ਇੱਕ ਲੜਕੀ ਨੇ ਥਾਣੇ ਦੇ ਬਾਹਰ ਜੰਮ ਕੇ ਹੰਗਾਮਾ ਕੀਤਾ ਅਤੇ ਪੁਲਿਸ ਦੇ ਉੱਤੇ ਵੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਨੇ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਜਦੋਂ ਲੜਕਾ ਅਤੇ ਲੜਕੀ ਇੱਕ ਹੋਟਲ ਦੇ ਵਿੱਚ ਵੀ ਮਿਲੇ ਸੀ ਤਾਂ ਉੱਥੇ ਵੀ ਲੜਕੇ ਨੇ ਲੜਕੀ ਦੇ ਨਾਲ ਕੁੱਟਮਾਰ ਕੀਤੀ ਤੇ ਉਸਦੀ ਸੀਸੀਟੀਵੀ ਵੀ ਹੁਣ ਸਾਹਮਣੇ ਆਈ ਹੈ। ਤਾਂ ਦੱਸ ਦਈਏ ਕਿ ਲੜਕੀ ਦੇ ਵੱਲੋਂ ਹੁਣ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਇੰਨਾ ਹੀ ਨਹੀਂ, ਲੜਕੀ ਦਾ ਕਹਿਣਾ ਹੈ ਕਿ ਲੜਕੇ ਦੀ ਭੈਣ ਜੋ ਹੈ ਉਸਦੇ ਨਾਲ ਵੀ ਉਹ ਮਿਲੀ ਸੀ, ਅਕਸਰ ਉਹਨਾਂ ਦਾ ਮਿਲਣਾ ਜੁਲਣਾ ਲਗਾਤਾਰ ਜਾਰੀ ਸੀ, ਪਰ ਜਦੋਂ ਉਹਨਾਂ ਦੇ ਵੱਲੋਂ ਹੁਣ ਵਿਆਹ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਹੁਣ ਇਨਸਾਫ ਦੀ ਗੁਹਾਰ ਲੈ ਕੇ ਉਹ ਜਲੰਧਰ ਪਹੁੰਚੀ ਹੈ ਤੇ ਜਲੰਧਰ ਦੇ ਵਿੱਚ ਹੁਣ ਪੁਲਿਸ ਦੇ ਕੋਲ ਗੁਹਾਰ ਲਗਾਈ ਜਾ ਰਹੀ ਕਿ ਉਸਦੇ ਨਾਲ ਇਨਸਾਫ ਕੀਤਾ ਜਾਵੇ। ਇਸ ਤੋਂ ਇਲਾਵਾ ਹੋਰ ਕੀ ਕੁਝ ਕਹਿਣਾ ਲੜਕੀ ਦਾ, ਆਓ ਤੁਹਾਨੂੰ ਇੱਕ ਵਾਰੀ ਉਹ ਵੀ ਸੁਣਾ ਦਿੰਦੇ ਹਾਂ। ਹਾਂਜੀ ਮੈਮ, ਕੀ ਨਾਮ ਹੈ ਆਪਕਾ? ਮੈਂ ਦਿੱਲੀ ਸੇ ਆਈ ਹੂੰ। ਜੀ ਮੈਮ, ਆਪ ਭਾਰਗੋਗਮ ਥਾਣਾ ਮੇ ਆਏ ਹੋ, ਕਿਆ ਪੂਰਾ ਮਾਮਲਾ ਹੈ ਜੀ? ਸਰ, ਇੱਕ ਲੜਕੇ ਨੇ ਮੇਰੇ ਸਾਥ ਮੈਟ੍ਰੀਮੋਨੀਅਲ ਕੇ ਥਰੂ ਉਸਕੀ ਫੈਮਿਲੀ ਨੇ ਉਸ ਲੜਕੇ ਨੇ ਮੇਰੇ ਫਰੌਡ ਕੀਤਾ। ਜੀ ਕਿਆ ਹੁਆ, ਕਿਆ ਥਾ, ਕਿਆ ਕਿਆ ਕੀਆ ਗਿਆ ਆਪਕੀ ਉਨਕੀ ਤਰਫ ਸੇ? ਸਰ, ਉਸ ਲੜਕੇ ਨੇ ਮੇਰੇ ਕੋ ਸ਼ਾਦੀ ਕਾ ਝਾਂਸਾ ਦੇ ਕੇ ਪਹਿਲੇ ਤੋਂ ਉਸਨੇ ਮੇਰੇ ਸਾਥ ਬਹੁਤ ਗਲਤ ਕੀਆ ਹੈ। ਜੀ ਠੀਕ ਹੈ, ਉਸਕੇ ਬਾਅਦ ਮੇਰੇ ਸਾਥ ਕੁੱਟਮਾਰ ਵੀ ਕੀ ਹੈ। ਅਬ ਜਬ ਸ਼ਾਦੀ ਕੀ ਬਾਤ ਆਤੀ ਹੈ ਤਾਂ ਲੜਕੇ ਨੇ ਮਨਾ ਕਰ ਦਿਆ ਮੇਰੇ ਸ਼ਾਦੀ ਕੇ ਲਈ ਸਾਫ ਸਾਫ। ਅੱਛਾ ਜੀ। ਹਾਂਜੀ, ਔਰ ਮੁਝੇ ਧਮਕੀਆਂ ਦੇਤਾ ਹੈ ਕਿ ਤੇਰੀ ਗੰਦੀ ਵੀਡੀਓਜ਼ ਮੈਂ ਸਾਰੀ ਵਾਇਰਲ ਕਰ ਦੂੰਗਾ ਜੀ। ਅੱਛਾ ਜੀ। ਜਾਨ ਸੇ ਮਾਰਨੇ ਕੀ ਧਮਕੀ ਦੇਤਾ ਹੈ ਕਿਉਂਕਿ ਇਸ ਲੜਕੇ ਕੇ ਪਾਸ ਮੇਂ ਯੇ ਆਪਣੇ ਪਾਸ ਮੇਂ ਵੈਪਨਸ ਰੱਖਤਾ ਹੈ ਲੜਕਾ। ਜੀ ਹਾਂਜੀ। ਦੁਸ਼ਯੰਤ ਭਨੋਟ ਨਾਮ ਹੈ, ਰੋਇਲ ਵੈਲੇ ਸਰਵਿਸਿਸ ਕੇ ਨਾਮ ਸੇ ਇਸਕਾ ਕਾਮ ਹੈ। ਕਹਾਂ ਪੇ ਰਹਤਾ ਹੈ? ਯੇ ਨਿਊ ਦੇਓਲ ਨਗਰ ਮੇਂ ਰਹਤਾ ਹੈ। ਜੀ ਹਾਂਜੀ। ਉਸਕੀ ਫੈਮਿਲੀ ਸੇ ਬਾਤ ਕਰਨੇ ਕੀ ਕੋਸ਼ਿਸ਼ ਕੀ ਆਪਨੇ? ਉਸਕੀ ਫੈਮਿਲੀ ਸੇ ਵੀ ਮੇਰੀ ਬਾਤ ਹੋਈ ਹੈ। ਇਸਕੀ ਫੈਮਿਲੀ ਮੇਂ ਇਸਕੀ ਸਿਸਟਰ ਹੈ ਰਸ਼ਮੀ ਅਗਰਵਾਲ, ਰਸ਼ਮੀ ਨਿਮੰਤ੍ਰਣ ਕਰਕੇ ਇਸਕੀ ਸਿਸਟਰ ਕਾ ਇਵੈਂਟ ਆਰਗੇਨਾਈਜ਼ਰ ਹੈ। ਇਸਕੀ ਸਿਸਟਰ ਸੇ ਮੇਰੀ ਕਾਫੀ ਬਾਤਚੀਤ ਹੋਤੀ ਰਹੀ ਹੈ, ਮਿਲਨੇ ਆਤੀ ਰਹੀ ਹੈ, ਹੋਟਲਸ ਮੇਂ ਵੀ ਮੇਰੇ ਸੇ ਮਿਲੀ ਹੈ, ਘੁੰਮਨੇ ਵੀ ਗਏ ਹੈ ਦੀਦੀ ਇਸਕੇ ਮੇਰੇ ਸਾਥ ਮੇਂ। ਇਸਕੀ ਸਿਸਟਰ ਕੋ ਸਾਰੀ ਇਨਫੋਰਮੇਸ਼ਨ ਥੀ, ਇਸਕੇ ਫਾਦਰ ਕੋ ਸਾਰੀ ਇਨਫੋਰਮੇਸ਼ਨ ਥੀ ਕਿ ਇਹ ਲੜਕੀ ਦੇਖੀ ਹੋਈ ਹੈ ਬੇਟੇ ਨੇ। ਲੇਕਿਨ ਅਬ ਐਂਡ ਟਾਈਮ ਪੇ ਜਬ ਮੈਨੇ ਮੁਝੇ ਜਬ ਆਪਣੇ ਹੀ ਪੈਸੇ ਮੰਗਣੇ ਪੜ ਰਹੇ ਇਸਸੇ ਜੋ ਇਸਨੇ ਮੇਰੇ ਸੇ ਹੈਲਪ ਕੇ ਤੌਰ ਪੇ ਲੀਏ ਥੇ, ਤੋ ਅਬ ਇਸ ਲੜਕੇ ਨੇ ਸ਼ਾਦੀ ਕੇ ਲਈ ਵੀ ਮਨਾ ਕਰ ਦਿਆ, ਪੈਸੇ ਦੇਣੇ ਕੇ ਲਈ ਵੀ ਮਨਾ ਕਰ ਦਿਆ, ਹਰ ਚੀਜ਼ ਕੇ ਲਈ ਮਨਾ ਕਰ ਰਹੇ ਜੀ। ਮੈਮ, ਜੋ ਪੈਸੇ ਆਪਨੇ ਦੀਏ ਥੇ ਵੋ ਕੈਸ਼ ਮੇ ਦੀਏ ਥੇ ਯਾ ਫਿਰ? ਸਰ, ਅਕਾਊਂਟ ਟੂ ਅਕਾਊਂਟ ਥੇ, ਕੁਛ ਕੈਸ਼ ਥਾ ਇਸਕੇ ਪਾਸ। ਜੀ, ਲਮਸਮ ਕਿਤਨਾ ਪੈਸੇ ਆਪ ਦੇ ਸਕੇ ਹੋ? 8.5 ਲੱਖ ਰੁਪਏ। ਸਰ, ਆਪਨੇ ਬਾਤ ਨਹੀਂ ਕੀ ਮੇਰੇ ਪੈਸੇ ਵਾਪਸ ਕਰਨੇ ਕੇ ਲਈ ਉਨਸੇ? ਬੋਲਾ ਤੋ ਇਸਨੇ ਆਜ ਕਾ ਮੁਝੇ ਦਿਨ ਦਿਆ ਥਾ 12 ਤਾਰੀਖ ਕੋ ਤੂੰ ਮੇਰੇ ਘਰ ਆ ਜਾਣਾ, ਤੋ ਮੈਂ ਇਸਕੇ ਘਰ ਪੇ ਵੀ ਗਈ ਹੂੰ, ਤੋ ਯੇ ਮੁਝੇ ਵਹਾਂ ਪਰ ਵੀ ਨਹੀਂ ਮਿਲਾ ਜੀ। ਆਪਕੀ ਤਰਫ ਸੇ ਸ਼ਾਦੀ ਕੀ ਬਾਤ ਕੀ ਗਈ ਥੀ? ਸ਼ਾਦੀ ਕੀ ਬਾਤ ਕੀ ਗਈ ਥੀ ਜੀ, ਸ਼ਾਦੀ ਕੀ ਹੀ ਬਾਤ ਸੇ ਹੀ ਮੈਂ ਇਸਸੇ ਮਿਲੀ ਥੀ, ਸ਼ਾਦੀ ਕੀ ਬਾਤ ਸੇ ਹੀ ਮੈਂ ਇਸਕੀ ਫੈਮਿਲੀ ਮੇਰੇ ਸੇ ਮਿਲ ਰਹੀ ਥੀ। ਜੀ ਹਾਂਜੀ, ਉਹ ਸ਼ਾਦੀ ਕੇ ਝਾਂਸੇ ਦੇ ਰਹੇ ਥੇ ਦੋਨੋਂ ਭਾਈ ਬਹਿਨ ਔਰ ਇਸਕੀ ਪੂਰੀ ਫੈਮਿਲੀ। ਜੀ, ਮੇਰਾ ਪੈਸਾ ਵੀ ਸ਼ਾਦੀ ਕੇ ਝਾਂਸੋ ਸੇ ਹੀ ਇਨ ਲੋਗੋਂ ਨੇ ਲਿਆ। ਜੀ ਮੈਮ, ਕਿਤਨੀ ਕੁ ਵਾਰੀ ਆਪ ਮਿਲ ਚੁੱਕੇ ਉਨਸੇ? ਮੈਂ ਸਰ, ਮੈਂ ਆਪਕੋ ਬਤਾ ਨਹੀਂ ਸਕਤੀ, ਬਹੁਤ ਬਾਰ ਮੈਂ ਮਿਲ ਚੁੱਕੀ ਹੂੰ ਔਰ ਇਹ ਵੀ ਮੇਰੇ ਕੋ ਮਿਲਦਾ ਹੈ ਹਮੇਸ਼ਾ। ਜੀ ਮੈਮ, ਇੱਕ ਵੀਡੀਓ ਕੀ ਬਾਤ ਕੀ ਜਾ ਰਹੀ ਹੈ ਕਿ ਵੀਡੀਓ ਇੱਕ ਸਾਹਮਣੇ ਆ ਰਹੀ ਹੈ ਜਿਸ ਮੇਂ ਆਪਕੇ ਸਾਥ ਮਾਰਪੀਟ ਕੀ ਗਈ ਹੈ। ਇਸਨੇ ਮੇਰੇ ਸਾਥ ਮਾਰਪੀਟ ਕਰੀ ਹੈ ਉਸ ਵੀਡੀਓ ਮੇਂ। ਇਹ ਕਹਾਂ ਕੀ ਵੀਡੀਓ ਹੈ? ਇਹ ਸਰ, ਰਮਾਡਾ ਐਨਕੌਰ ਕੀ ਵੀਡੀਓ ਹੈ। ਜੀ, ਤੋ ਉਸ ਮੇਂ ਹੁਆ ਗਿਆ ਥਾ ਐਕਚੁਅਲ ਮੇਂ? ਸਰ, ਇਹ ਇਸ ਲੜਕੇ ਕੇ ਅਫੇਅਰ ਥੇ ਕਾਫੀ ਸਾਰੀ ਲੜਕੀਓ ਕੇ ਸਾਥ ਮੇਂ ਜੋ ਮੁਝੇ ਸੁਣਨੇ ਮੇਂ ਆਇਆ। उसके बाद जब मैंने इसको पूछा कि भाई ये लड़की कौन है, मैं इसके मिलने उसे इसके घर पे भी गई थी कि हाँ भाई ये लड़की कौन है जिससे आपकी बातचीत चल रही है, या इतनी सारी लड़कियों से क्यों कांटेक्ट में जब आपने शादी के लिए एक चूज़ किया हुआ है, तो तब भी इसने मेरे को यही बोला कि तू तेरी हिम्मत कैसे हुई और लड़कियों से कॉन्टैक्ट करने की मेरे बारे में, और लड़कियों से बातचीत नहीं करेगी तू, इसने मेरे को मारा भी। आज मैंने कंप्लेंट करवाई है कर लीजिए SHO साहब को, मैंने आज अपनी दरख्वास्त दी है। जी, फ़ोन नीचे कर लीजिए मैम, तो इस पे कार्रवाई जरूर शुरू होगी। जी, मुझे इतना भरोसा है SHO साहब। मैम, एक लड़की के लिए सबसे पहले उसकी इज्जत होती है और आपकी तरफ जबरदस्ती इसने खींचा भी लिफ्ट के अंदर गलत टच करने के लिए। जी, और ये सब धमकियां देता है मुझे कि मैं तेरे को जान से मरवा दूंगा, जलंधर मेरा शहर है, मैं मेरी ऐसी तैसी करूंगा। तो आप कहां से आए हैं? मैम, सर, मैं दिल्ली से आई हूं। मैम, अगर एक लड़की के लिए सबसे पहले उसकी इज्जत होती है, तो आपको
जो वीडियोस आपकी उसने बनाई है, क्या वो जबरदस्ती बनाई गई है? सर इसने जबरदस्ती ही बनाई है वो वीडियो, इसके पास मुझे नहीं पता था इसने कहाँ कैमरा इसने छुपाया हुआ था, हिडन कैमरा था और गन पॉइंट पे इसने मेरे से बनाई थी। मतलब वो वीडियोस गन पॉइंट पे बनवाई गई थी, गन पॉइंट पे इसने बनाई थी और गन पॉइंट पे दोबारा भी मेरे को लेके गया था जी। ते हुण थोनू इस दे रिलेटेड थोड़े परिवार नाल तुसी गल कीती एक बारी भी? हाँ जी गल कीती है मैंने, और इसकी लड़का भी मेरी फैमिली को जानता था बहुत अच्छे से, इसको सब पता था मेरे फादर का हैंडीकैप है, उसके बाद भी इसने जबरदस्तियाँ मेरे साथ जो करी है, और ये जो अपना ये सोचता है कि मैं किसी भी लड़की को गन पॉइंट पे गलत कर सकता हूँ, तो ये इसकी बहुत गलत सोच है। कोई किसी और लड़की के साथ भी कुछ ऐसा ना कर सके, ना इसकी फैमिली किसी को किसी के साथ फ्रॉड कर सके, इसलिए मैंने आज कानून का दरवाजा खटखटाया। मैडम आपको जैसे इनको इनकी तरफ से धमकाया जा रहा था कि आप थाने नहीं जाओगे कुछ? आज भी मैं इनके घर गई थी तो इन्होंने मेरे को यही बोला कि हमारा बेटा यहाँ पर नहीं रहता जी, हमने इसको बेदखल कर दिया जी। जी एक दो घंटे पहले लड़का वहीं था, रात को भी वहीं, रोज वहीं रहता है लड़का, ऐसे बेदखल कैसे कर देंगे जी। सुबह भी मैं थाने आई थी तो मेरी कोई कार्रवाई नहीं हो रही थी, जब से मैंने मीडिया को इन्वॉल्व करा थी मैं मेरी कार्रवाई शुरू जी। अब आप थाने आए हो, पुलिस की तरफ से क्या आश्वासन दिए गए? मेरा एसएचओ साहब ने बहुत मेरी दरखास्त सुनी है, मैंने दरखास्त मेरी लिखी भी गई है, मेरी एसएचओ साहब आगे भी मेरी पूरी मदद करेंगे, और पंजाब पुलिस से भी मेरी यही गुहार है कि प्लीज़ मेरी जैसी लड़की, मेरी जैसी बेटी की किसी के साथ में भी इस तरह से ना हो, प्लीज़ मेरे को इंसाफ चाहिए, और प्लीज़ आप भी कभी भी कोई भी लड़की या कोई भी बेटी किसी भी कानून का दरवाज़ा खटखटाए, इस तरह परेशान होके प्लीज़ उसकी फरियाद सुनी जाए प्लीज़। सर एक लेडीज़ थाने चाहिए तो उन्होंने कहना है कि मेरी जी अश्लील वीडियो गन पॉइंट रख के बनाई गई है, तो उन्होंने कोल तकरीबन 8 लाख मुंडे नूं दिता गया है, ते जो कि उन्हों का परिवार जो हूँ शादी तो मुकरदा पे। हाँ जी कंप्लेट आई एक वेरीफाई कर रहे हैं जी, जो भी कार्रवाई बननी है। सर उन्होंने ये भी कहना है कि जी फैमिली है पहलों मानती भी सी, लेकिन हूँ मुंडा जरा फैमिली ने फरार कर दिता गया है, तो उन्होंने बेदखला दसते पे ने फैमिली समझो पार्ट ऑफ इन्वेस्टिगेशन है ना जी, वेरीफाई करा बयान दिखा दोनों पार्टियां बुलावे उस।